ਯਾਰ ਆਪਾਂ ਹਾਲੇ ਥੋੜਾ ਜਿਹਾ ਹੀ ਆਏ ਆ ਹਿਮਾਚਲ ਚ ਐਂਟਰ ਹੋਏ ਆ ਤੁਸੀਂ ਦਰਖਤ ਦੇਖੋ ਝੀਲ ਦੇ ਆਉਣੇ ਸ਼ੁਰੂ ਹੋ ਗਏ ਆ ਮਤਲਬ ਕਿੱਡੀ ਘੈਂਟ ਲੋਕੇਸ਼ਨ ਆ ਯਾਰ ਉਹ ਨਜ਼ਾਰਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਹਾਂਜੀ ਕਿਵੇਂ ਹੋ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਵੈਲਕਮ ਤੁਹਾਡਾ ਸਾਡੇ ਯੂਟਿਊਬ ਚੈਨਲ ਮਨਦੀਪ ਖੰਗੂੜਾ 'ਤੇ ਬਾਕੀ ਅੱਜ ਅਸੀਂ ਕਿੱਥੇ ਚੱਲੇ ਹਾਂ ਅੱਜ ਚੱਲੇ ਹਾਂ ਹਿਮਾਚਲ ਹੁਣ ਕਿਹੜੀ ਜਗ੍ਹਾ ਚੱਲੇ ਹਾਂ ਇਹ ਡਿਸਾਈਡ ਕਰਾਂਗੇ ਰਸਤੇ 'ਚ ਅਤੇ ਟਾਈਮ ਹੋ ਗਿਆ 10:11 ਵੱਜ ਚੁੱਕੇ ਆ ਅਤੇ ਮੇਰਾ ਫਰੈਂਡ ਦੀਪ ਵੀ ਆ ਚੁੱਕਿਆ ਆ ਅਤੇ ਬਾਕੀ ਪਲੈਨ ਆਪਣਾ ਹੈਗਾ ਵਾ ਕਿ ਨੂਰਪੁਰ ਫੋਰਟ ਜਾਈਏ ਅਤੇ ਇੱਕ ਉੱਥੇ ਮੰਦਰ ਆ ਮਹਾਦੇਵ ਦਾ ਤਾਂ ਉੱਥੇ ਜਾਵਾਂਗੇ ਅਤੇ ਬੱਦਲ ਵੀ ਹੋ ਗਿਆ ਯਾਰ ਤੁਸੀਂ ਦੇਖ ਸਕਦੇ ਉੱਤੇ ਹੈ ਕਿਤੇ ਬਾਰਿਸ਼ ਨਾ ਰਸਤੇ 'ਚ ਮਿਲ ਜੇ ਅਤੇ ਜਗਦੀਪ ਆ ਚੁੱਕਿਆ ਵਾ ਅਤੇ ਬਾਕੀ ਆਪਾਂ ਹੁਣ ਚੱਲੇ ਹਾਂ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਜੀ ਹਿਮਾਚਲ ਜਾ ਕੇ ਓਕੇ ਆ ਜੀ ਤੁਸੀਂ ਵਲੋਗ ਨਾਲ ਕੰਟੀਨਿਊ ਰਿਹੋ ਓਕੇ ਪਹੁੰਚ ਗਏ ਹਾਂ ਪਠਾਨਕੋਟ ਅਤੇ ਜਿਹੜੀ ਸੜਕ ਇੱਧਰ ਨੂੰ ਜਾ ਰਹੀ ਹੈ ਜਿੱਧਰ ਨੂੰ ਉਹ ਟਿੱਪਰ ਮੁੜਿਆ ਆ ਇਹ ਜਾਂਦੀ ਹੈ ਦਲੋਜੀ ਨੂੰ ਇਹ ਸੜਕ ਚਲੇ ਜਾਂਦੀ ਹੈ ਦਲੋਜੀ ਨੂੰ ਅਤੇ ਜਿਹੜੀ ਅੱਗੇ ਸਿੱਧੀ ਸੜਕ ਹੈ ਇਹ ਜਾਂਦੀ ਹੈ ਮਕਲੋੜਗੰਜ ਨੂੰ ਹਿਮਾਚਲ ਪ੍ਰਦੇਸ਼ ਨੂੰ ਅਤੇ ਚਲੋ ਜੀ ਚੱਲਦੇ ਹਾਂ ਫਿਰ ਮਿਲਦੇ ਹਾਂ ਤੁਹਾਨੂੰ ਹਿਮਾਚਲ ਜਾ ਕੇ ਹੋ ਚੱਲੇ ਹਾਂ ਜੀ ਹਿਮਾਚਲ ਦੇ ਅੰਦਰ ਐਂਟਰ ਇੱਥੋਂ ਮੰਡੀ ਹੈਗਾ 194 ਕਿਲੋਮੀਟਰ ਅਤੇ ਮਨਾਲੀ ਹੈਗਾ ਆ ਤਕਰੀਬਨ ਪਾਲਮਪੁਰ 100 ਕਿਲੋਮੀਟਰ ਆ ਅਤੇ ਉਹ ਸਾਹਮਣੇ ਬੈਰੀਗੇਟ ਆ ਗਿਆ ਵਾ ਹਿਮਾਚਲ ਪ੍ਰਦੇਸ਼ ਦਾ ਸੋ ਆਪਾਂ ਐਂਟਰ ਹੋ ਚੁੱਕੇ ਹਾਂ ਹੁਣ ਹਿਮਾਚਲ 'ਚ ਅਤੇ ਹੁਣ ਦੇਖਦੇ ਹਾਂ ਕਿੱਥੇ ਜਾਣਾ ਵਾ ਹੁਣ ਅੱਗੇ ਪਲੈਨ ਕਰਦੇ ਹਾਂ ਯਾਰ ਆਪਾਂ ਹਾਲੇ ਥੋੜਾ ਜਿਹਾ ਹੀ ਆਏ ਹਾਂ ਹਿਮਾਚਲ 'ਚ ਐਂਟਰ ਹੋਏ ਹਾਂ ਤੁਸੀਂ ਦਰਖਤ ਦੇਖੋ ਝੀਲ ਦੇ ਆਉਣੇ ਸ਼ੁਰੂ ਹੋ ਗਏ ਆ ਮਤਲਬ ਕਿੱਡੀ ਘੈਂਟ ਲੋਕੇਸ਼ਨ ਆ ਯਾਰ ਉਹ ਨਜ਼ਾਰਾ ਵੱਜ ਗਿਆ ਮਿੱਤਰਾ ਅਤੇ ਥੋੜ੍ਹੀ ਥੋੜ੍ਹੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਇੱਥੇ ਤੁਸੀਂ ਦੇਖ ਰਹੇ ਹੋਣੇ ਵੀਡੀਓ 'ਚ ਓਏ ਹੋਏ ਕਿਆ ਨਜ਼ਾਰਾ ਯਾਰ ਓਏ ਹੋਏ ਬਾਬਾ ਐਂਡ ਐਂਡ ਅਤੇ ਹੁਣ ਅਸੀਂ ਪਹੁੰਚ ਗਏ ਹਾਂ ਜੀ ਹਿਮਾਚਲ ਦੇ ਕਿਸੇ ਪਿੰਡ 'ਚ ਅਤੇ ਹੁਣ ਇੱਥੇ ਮੰਦਿਰ ਆ ਸ਼ਿਵ ਮੰਦਿਰ ਤੁਹਾਨੂੰ ਦਿਖਾਵਾਂਗੇ ਮਤਲਬ ਬਹੁਤ ਹੀ ਪੁਰਾਣਾ ਮੰਦਿਰ ਆ ਅਤੇ ਮੈਂ ਵੀ ਫਸਟ ਟਾਈਮ ਇੱਥੇ ਆਇਆ ਵਾਂ ਬਾਕੀ ਜਿਹੜੀ ਹਵਾ ਚੱਲ ਰਹੀ ਹੈ ਨਾ ਇੱਥੇ ਠੰਡੀ ਠੰਡੀ ਓਏ ਹੋਏ ਉਹਦੇ ਨਜ਼ਾਰੇ ਵੱਖਰੇ ਆ ਅਤੇ ਯਾਰ ਬਾਕੀ ਸੜਕ ਬਿਲਕੁਲ ਟੁੱਟੀ ਹੋਈ ਹੈ ਇੱਧਰ ਪਤਾ ਨਹੀਂ ਹੁਣ ਕਿੰਨੀ ਕੁ ਦੂਰ ਆ ਇੱਥੋਂ 500 meters ਕੁ ਹੈਗਾ ਮੰਦਿਰ ਹੈ ਨਾ ਅਤੇ ਰਸਤਾ ਦੇਖੋ ਤੁਸੀਂ ਕਿੱਦਾਂ ਦਾ ਆਇਆ ਇੱਥੇ ਸੁਨਸਾਨ ਅਤੇ ਬੱਸ ਪਹੁੰਚਣ ਵਾਲੇ ਆ ਜੀ ਕੁਝ ਮਿੰਟਾਂ ਤੱਕ ਉਹ ਮੰਦਿਰ ਲੱਗਦਾ ਮੈਨੂੰ ਸਾਹਮਣੇ ਹੈ ਨਾ ਸੋ ਪਹੁੰਚ ਚੁੱਕੇ ਹਾਂ ਜੀ ਮੰਦਿਰ ਅਤੇ ਪਹੁੰਚ ਚੁੱਕੇ ਹਾਂ ਮੰਦਿਰ ਅਤੇ ਮੰਦਿਰ ਦਾ ਨਾਮ ਹੈਗਾ ਦੀਪਕੂ ਅਤੇ ਇਹ ਲੋਕੇਸ਼ਨ ਹੈਗੀ ਆ ਨੂਰਪੁਰ ਤੋਂ 14 ਕਿਲੋਮੀਟਰ ਦੂਰ ਆ ਮੰਦਿਰ ਸਾਹਮਣੇ ਵਾਟਰ ਫਾਲ ਉੱਥੇ ਜਾਏਗਾ ਹੁਣ ਤੂੰ ਹੈ ਉੱਥੇ ਇਹਨਾਂ ਤਿਲਕਣ ਹੋਣੀ ਆ ਉਹ ਗੁਫਾ ਆ ਸਾਹਮਣੇ ਨਹੀਂ ਪਹਿਲੀ ਵਾਰੀ ਆਏ ਹੋਏ ਹਾਂ ਇਸ ਮੰਦਿਰ 'ਚ ਅਤੇ ਘੁੰਮਦੇ ਆ ਮੰਦਿਰ
लोकेशन बहुत वधिया यार इत्थे। इधर शिव गुफा है तो चलते हैं जी गुफा के अंदर। वाही यार आ जड़ा पानी है ना पहाड़ों के बीचों आता है तो पानी बिल्कुल प्योर आ, मतलब तुम चेक कर सकते हो पानी प्योर वाटर आ, मतलब जो बोतलों से पानी होता वो नहीं इन्ना प्योर होना जिन्ना यह प्योर आ। तो बाकी आ वेखो आप कितनी दूर कितने किलोमीटर दूर भाई नहाने आए हो तुम? 100 किलोमीटर 110 किलोमीटर अं दूर आए हैं। तो यह पानी आता पहाड़ा वाली साइड तो आता है, तो बाकी तुम चेक कर सकते हो। बाकी इतने अंब पक्के हुए यार बहुत ज़्यादा। बाकी यार दिल मेरा भी कर रहा सी, पर अगली यार जो कित आवे फिर करा फिर ना आवे है ना। नहीं नहीं वो नहीं गल है, चल फिर चलिए चलिए फिर आप जल्दी है ना। पानी बड़ा ठंडा यार सच्ची तुम दस बहुत चिल्ड वाटर आ यार, बहुत ही ज्यादा चिल्ड वाटर आमने खिंच लिया इतना ही खिंचना वाला ला लागे सामने वाला ते सामने वाला व्यू तुम दिखाना एक मिनट व्यू चेक करो सामने, मतलब बहुत वधिया लोकेशन आ। तुम भी सारे जने इतने विजिट जरूर करो। तो सामने वाली साइड तो देखो मोंकी आ रहे, वो देखो अंब के उत्ते किन्ने सारे मोंकी आ। तो भाजी लोकेशन कित्थे आ, टैंपल का नाम दस दो। दिकेश्वर पता नहीं इदा करके टैंपल का नाम आ, जो दिपकू नाम की जगह है। तो बाकी मैं टाइटल दे विच मैंशन कर दूँगा, तो तुम सारे जने इतने विजिट जरूर करो। तो बाकी चलते हैं उस वाली उस साइड चलते हैं फिर। ये यार एक गुफा वो सामने देखो ऊपर यार साइड। बाकी मैं लोकेशन तुम दस दूंगा ब्लॉग दे विच केड़ी जगह आ। तो बाकी चलते हैं हुण वापस। तो बाकी जे तुहानू ब्लॉग वधिया लगा तो लाइक शेयर कमेंट जरूर कर दिओ। तो हुण असीं तुहानू मिलदे आ अगले नैक्सट ब्लॉग च किसी नवी जी वधिया जी जगह पर। मतलब हुण इत्थे होर भी घूमन जगह है, जिवें नूरपुर का किला हो गया है ना, तो हुण उत्थे चलदे आ घूमन। तो वह तुहानू अगले नैक्सट ब्लॉग च दिखावांगे। तो बाकी जे तुहानू इह वाला ब्लॉग वधिया लगा तो लाइक शेयर कमेंट जरूर कर दिओ। तो फिर मिलदे आ जी किसी नवें जे ब्लॉग से। ओके है जी, बाय 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 बाय।